हाँ जी दोस्तों, की हाल है जी सारिया का। एक बार फिर तो स्वागत है जी थोड़ा साडे चैनल ग्लोबल तड़का लाइव से। दोस्तों अज जाने के 16 तरीक नू मूजटेप एल्बम का अगला गीत आई डोंट गिव फक आउण वाला सी, जिस दे बारे गोल्ड मीडिया ने भी एक स्टोरी पा के दस्या सी। गाने की ऑडियो तो एक साल पहला ही लीक हो गई सी ते हुण सारे फैनस इस गाने की वीडियो की वेट कर रहे ने, पर दोस्तों कुछ टैक्नीकल इशू करके यह गीत अज रिलीज़ ना हो सकया। फिर गोल्ड मीडिया ने एक स्टोरी पा के दस्या कि सोंग लेट ਆਉਣ ਦਾ ਕਾਰਨ ਸੁੱਖ ਸੰਘੇੜਾ ਨੂੰ ਪੁੱਛੋ ਤੇ ਇਸ ਦੀ ਅਗਲੀ ਡੇਟ ਸਿੱਧੂ ਮੂਸੇਵਾਲਾ ਦੱਸੇਗਾ। ਫਿਰ ਸੁੱਖ ਸੰਘੇੜਾ ਨੇ ਵੀ ਇੱਕ ਸਟੋਰੀ ਪਾਈ ਤੇ ਕਿਹਾ ਇਸ ਗੀਤ ਦੀ ਵੀਡੀਓ ਬਣ ਗਈ ਹੈ, ਬਸ ਠੰਡੀ ਹੋਣ ਲਈ ਰੱਖੀ ਆ। ਦੋਸਤੋ ਸੁੱਖ ਸੰਘੇੜਾ ਦਾ ਮਤਲਬ ਹੈ ਕਿ ਇਸ ਗੀਤ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਬਣੀ ਹੈ ਤੇ ਸਿੱਧੂ ਦੀ ਪਰਮਿਸ਼ਨ ਤੇ ਸੌਂਗ ਰਿਲੀਜ਼ ਹੋ ਜਾਵੇਗਾ। ਦੋਸਤੋ ਵੀਡੀਓ ਲੇਟ ਆਉਣ ਦਾ ਮਤਲਬ ਇਹ ਹੈ ਕਿ ਹੁਣ ਸਾਰੇ ਲੋਕ ਸਿੱਧੂ ਦਾ 295 ਗੀਤ ਸੁਣ ਰਹੇ ਨੇ। ਇਸ ਗੀਤ ਦੀ ਹਾਈਪ ਦਿਨੋ ਦਿਨ ਵੱਧਦੀ ਜਾ ਰਹੀ ਹੈ, ਇਸ ਲਈ ਸਿੱਧੂ ਨੇ ਅਗਲਾ ਸੌਂਗ ਲੇਟ ਰਿਲੀਜ਼ ਕਰਨ ਦਾ ਫੈਸਲਾ ਲਿਆ। ਬਾਕੀ ਦੋਸਤੋ ਤੁਹਾਨੂੰ ਇਸ ਗੀਤ ਦੀ ਕਿੰਨੀ ਕੁ ਵੇਟ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਦੋਸਤੋ ਦੂਜੇ ਪਾਸੇ ਸਿੱਧੂ ਅਤੇ ਸਵਰਨ ਟੈਣਾ ਦਾ ਵਿਵਾਦ ਵੀ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਸਵਰਨ ਟੈਣਾ ਲਗਾਤਾਰ ਸਿੱਧੂ ਖਿਲਾਫ਼ ਆਪਣੇ ਪੇਜ 'ਤੇ ਸਟੋਰੀਆਂ ਪਾ ਰਿਹਾ ਹੈ, ਪਰ ਹਾਲੇ ਤੱਕ ਕਿਸੇ ਵੀ ਸਿੰਗਰ ਵੱਲੋਂ ਸਵਰਨ ਟੈਣਾ ਦੀ ਸਪੋਰਟ ਨਹੀਂ ਕੀਤੀ ਗਈ। ਦੋਸਤੋ ਅੱਜ ਅਨਮੋਲ ਕਵੱਤਰਾ ਨੇ ਵੀ ਸਿੱਧੂ ਦੇ 295 ਗੀਤ ਦੀ ਸਟੋਰੀ ਪਾ ਕੇ ਸਿੱਧੂ ਦੀ ਸਪੋਰਟ ਕਰ ਦਿੱਤੀ। ਅਨਮੋਲ ਕਵੱਤਰਾ ਨੇ ਆਪਣੀ ਸਟੋਰੀ ਵਿੱਚ ਲਿਖਿਆ ਕਿ ਗੀਤ ਦਾ ਇੱਕ ਇੱਕ ਬੋਲ ਸੱਚ ਹੈ। ਵੈਸੇ ਇਸ ਤੋਂ ਪਹਿਲਾਂ ਐਮੀ ਵਿਰਕ ਅਤੇ ਪਰਮੀਸ਼ ਵਰਮਾ ਨੇ ਵੀ ਸਿੱਧੂ ਦੀ ਖੁੱਲ੍ਹ ਕੇ ਸਪੋਰਟ ਕੀਤੀ ਸੀ। ਬਾਕੀ ਦੋਸਤੋ ਅੱਜ ਸਵਰਨ ਟੈਣਾ ਨੇ ਆਪਣੇ ਇੱਕ ਸਪੋਰਟਰ ਦੀ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਲਿਖਿਆ ਸੀ ਕਿ ਚੁਗਲੀਆਂ ਉਹ ਹੁੰਦੀਆਂ ਨੇ ਜੋ ਲੁਕ ਲੁਕ ਕੇ ਕੀਤੀਆਂ ਜਾਣ। ਟੈਣਾ ਟੀ ਵੀ 'ਤੇ ਸ਼ਰੇਆਮ ਬੋਲਦਾ ਹੈ ਅਤੇ ਹਮੇਸ਼ਾ ਸੱਚ ਬੋਲਦਾ ਹੈ, ਚਾਹੇ ਉਹ ਸਰਕਾਰ ਖਿਲਾਫ਼ ਹੋਵੇ ਜਾਂ ਫਿਰ ਕਿਸੇ ਸਿੰਗਰ ਖਿਲਾਫ਼। ਉਹ ਪੱਤਰਕਾਰ ਨੇ ਉਹਨਾਂ ਨੂੰ ਜੇ ਕੋਈ ਗੱਲ ਪਸੰਦ ਨਹੀਂ ਤਾਂ ਉਹ ਉਸ 'ਤੇ ਟਿੱਪਣੀ ਕਰ ਸਕਦੇ ਨੇ। ਦੋਸਤੋ ਫਿਰ ਸਿੱਧੂ ਨੇ ਵੀ ਹੇਟਰਾਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਆਪਣੇ ਇੱਕ ਫੈਨ ਦੀ ਸਟੋਰੀ ਸ਼ੇਅਰ ਕਰ ਦਿੱਤੀ, ਜਿਸ ਵਿੱਚ ਲਿਖਿਆ ਸੀ ਕਿ ਭੁਗਤਣੀ ਤਾਂ ਪੈਣੀ ਸੀ ਜੋ ਤੂੰ ਸਾਡੇ ਨਾਲ ਕੀਤੀ ਆ, 295 ਗੀਤ ਨਹੀਂ ਪੁੱਤ ਹੱਡ ਬੀਤੀ ਆ, ਮੈਂ ਬਸ ਲਫ਼ਜ਼ਾਂ 'ਚ ਪਰੋ ਦਿੱਤਾ, ਕਈਆਂ ਨੂੰ ਰਿਪਲਾਈ ਸੀ ਅਤੇ ਕਈਆਂ ਨੂੰ ਮੈਸੇਜ ਥਰੋ ਕੀਤਾ, ਬਚ ਲਓ ਜੇ ਬਚ ਹੁੰਦਾ, ਹਮੇਸ਼ਾ ਚੁੱਪ ਨਹੀਂ ਵੱਟ ਹੁੰਦੀ, ਦਮ ਰੱਖਦਾ ਵੀਰ ਸਾਡਾ ਐਵੇਂ ਨਹੀਂ ਜੱਟ ਜੱਟ ਹੁੰਦੀ। ਦੋਸਤੋ ਸਾਨੂੰ ਪਤਾ ਹੈ ਕਿ ਹੇਟਰਾਂ ਨੂੰ ਜਵਾਬ ਦੇਣ ਲਈ ਸਿੱਧੂ ਦੇ ਫੈਨ ਹੀ ਕਾਫੀ ਨੇ, ਇਸ ਲਈ ਸਵਰਨ ਟੈਣਾ ਨੇ ਹਲੇ ਤੱਕ ਵੀ ਆਪਣੇ ਪੇਜ ਦੇ ਕਮੈਂਟ ਔਫ ਕੀਤੇ ਹੋਏ ਨੇ। ਬਾਕੀ ਦੋਸਤੋ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਇਹ ਰਿਪਲਾਈ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਇੰਡਸਟਰੀ ਦੇ ਅਗਲੇ ਅਪਡੇਟ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬਣੇ ਨੋਟੀਫਿਕੇਸ਼ਨ ਬੈਲ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਓਕੇ, ਧੰਨਵਾਦ ਜੀ ਸਾਰਿਆਂ ਦਾ। ਕਹਿੰਦਾ ਦਬ ਗਿਆ ਦੁਨੀਆ ਨੇ ਵਹਿਮ ਪਾਲਿਆ, ਕਹਿੰਦਾ ਅੱਠ ਪੁੱਤ ਝੋਟਿਆ ਓਏ ਮੂਸੇ ਵਾਲਿਆ, ਆਏ ਹਾਏ ਓਏ ਸੌ ਲੱਗੇ ਓਏ, ਉਹ ਨਜ਼ਾਰਾ ਲਿਆਤਾ ਓਏ ਬਾਈ ਮੂਸੇ ਵਾਲਾ ਜਿਉਂਦਾ ਰਿਹਾ। ਉਹ ਤਾਂ ਇੱਥੇ ਉੱਤੇ ਬਾਈ ਬਣੇ ਹੀ ਨੀ ਕੋਈ ਯਾਰ, ਆਪ ਦਾ ਵੀਰੇ ਬਾਈ ਤੂੰ ਉੱਤੇ, ਮੈਂ ਕਹਿੰਦਾ ਯਾਰ ਗਾਣਾ ਹੀ ਕੋਈ ਹੈ ਨੀ, ਸੰਦਰਾ ਠੋਕ 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 ਲੱਗਦਾ ਆਏ ਓਏ।